आम बंदे नूं रोटी खानी औखी हुई भी है। इतने हर एक बंदे का रेट वध रहा, साडे तनखावां लेबरां सब कुछ साडा उत्थे दा उत्थे ही खड़ा। तुसीं दसो भी असीं आम बंदा किदां जीऊगा, इतने आम बंदा आम परेशान बंदा कित्थे जाऊगा, तुसीं दसो। सर वो तो सरकारां दूर बैठियां, तुसीं तां महल्ले दे नेड़े बैठे हो, इस करके तुसीं ध्यान दिओ कि जिहड़े दुद्ध इन्ने रेट वधा रहे हो, दुद्ध रेट ना वधाओ। रेट बहुत ज़्यादा बढ़ गए, इस करके बाकी राशन होर भी है जिस रेट बहुत बढ़े है, छिलका फल दलिया हर चीज़ के रेट बढ़े, जिस असी असी 2 रुपये रेट वधा रहे। मैं DS ओवराय डेयरी एसोसीएशन ताज बरोड का प्रेजिडेंट, साड़ी सारी कल साड़ी मीटिंग हुई सारी एसोसीएशन की, जिस एक डिसीजन लिता गया कि जिहड़ा 2 रुपये रेट असी इनक्रीज़ कर दीए। पहले साडा 60 रुपये रेट सीगा, हुण असी 62 रुपये रेट 1 जुलाई तो कर रहे हैं। कारण है वह कि जिन्ने राशन है खलां पट्ठे छिलका दलिया वगैरह जो भी असी डंगरां नूं पाने हैं तूड़ी वगैरह उन्हां दे रेट वध गए है। ਜਿਵੇਂ ਹੁਣ ਤੇਲ ਦੇ ਦੇਖੋ ਹਰ ਪਾਸੇ ਰੇਟ ਵਧੇ ਹੋਏ ਹੈ, ਇਸ ਕਰਕੇ ਜਿਹੜੇ ਮੇਨ ਰੀਜ਼ਨ ਇਹੀ ਹੈ ਸਾਡਾ। ਇਹ ਅਗਰ ਅਸੀਂ ਰੇਟ ਨਹੀਂ ਵਧਾਵਾਂਗੇ ਤਾਂ ਸਿਰ ਡੈਰੀਆਂ ਵਾਲੇ ਸਾਰੇ ਮਰ ਜਾਣਗੇ, ਇਹ ਆਪਣਾ ਕੰਮ ਛੱਡ ਦੇਣਗੇ ਇਹਨਾਂ ਨੂੰ। ਹੁਣ ਕਈ ਡੈਰੀਆਂ ਪਿੱਛੇ ਦੇਖੋ ਲਾਸਟ ਮਹੀਨੇ ਕਈ ਡੈਰੀਆਂ ਛੱਡ ਗਏ, ਉਹ ਉਹਨਾਂ ਨੂੰ ਨਹੀਂ ਵਾਰਾ ਖਾਂਦਾ। ਜੇ ਅਸੀਂ ਨਹੀਂ ਰੇਟ ਅੱਗੇ ਵਧਾਵਾਂਗੇ ਹੌਲੀ ਹੌਲੀ ਕਰਕੇ ਨਹੀਂ ਰੇਟ ਵਧੇਗਾ, ਤਾਂ ਇਹ ਉਹ ਟਾਈਮ ਆ ਜਾਣਾ ਕਿ ਡੈਰੀਆਂ ਵਾਲੇ ਸਾਰੇ ਖਾਲੀ ਹੋ ਜਾਣਗੇ। ਇਸ ਜਿਸ ਤਰ੍ਹਾਂ ਦੇਖੋ ਤੇਲ ਦੇ ਰੇਟ, ਸਰ੍ਹੋਂ ਦਾ ਤੇਲ, ਤੁਹਾਡੇ ਪੈਟਰੋਲ ਦੇ ਰੇਟ, ਬਾਕੀ ਸਬਜ਼ੀਆਂ ਦੇ ਰੇਟ ਔਰ ਦਾਲਾਂ ਦੇ ਰੇਟ ਸਭ ਦੇ ਹਰ ਚੀਜ਼ ਦੇ ਰੇਟ ਵਧੇ ਹੈ, ਇਹਨਾਂ ਕਰਕੇ ਸਾਨੂੰ ਆਪਣੇ ਰੇਟ ਵਧਾਉਣਾ ਪੈ ਰਿਹਾ। ਨਹੀਂ ਇਹ ਸਾਡਾ ਇਹ ਡਿਸੀਜਨ ਸਾਡਾ ਤਾਜਪੁਰ ਰੋਡ ਡੈਰੀ ਕੰਪਲੈਕਸ ਦਾ ਹੈਗਾ, ਹੈਬੋਵਾਲ ਦਾ ਅਲੱਗ ਹੋਏਗਾ ਸਾਡਾ ਅਲੱਗ ਹੈ। ਭਾਈ ਦੁੱਧ ਦੇ ਰੇਟ ਵੱਧ ਗਏ, ਇਹਦੇ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਸਾਰਿਆਂ ਦੇ ਬਜਟ ਤੋਂ ਬਾਹਰ ਹੋ ਰਿਹਾ। ਦੁੱਧ ਦਾ ਰੇਟ ਅੱਗੇ 60 ਰੁਪਏ ਸੀ, ਹੁਣ 62 ਰੁਪਏ ਕਰ ਰਹੇ ਨੇ। ਪੈਟਰੋਲ ਡੀਜ਼ਲ ਦੇ ਦਾਮ ਇੰਨੇ ਵੱਧ ਚੁੱਕੇ ਨੇ ਕਿ ਹਰ ਆਮ ਬੰਦੇ ਤੋਂ ਬਾਹਰ ਹੋ ਰਿਹਾ ਸਾਰਾ ਕੰਮ। ਉੱਧਰੋਂ ਰਾਸ਼ਨ ਲੈ ਲਓ, ਹਰ ਚੀਜ਼, ਹਰ ਇੱਕ ਆਮ ਬੰਦੇ ਨੂੰ ਰੋਟੀ ਖਾਣੀ ਔਖੀ ਹੋਈ ਵੀ ਹੈ। ਇੱਥੇ ਹਰ ਇੱਕ ਬੰਦੇ ਦਾ ਰੇਟ ਵੱਧ ਰਿਹਾ, ਸਾਡੇ ਤਨਖਾਹਾਂ ਲੇਬਰਾਂ ਸਭ ਕੁਝ ਸਾਡਾ ਉੱਥੇ ਦਾ ਉੱਥੇ ਹੀ ਖੜਾ। ਤੁਸੀਂ ਦੱਸੋ ਵੀ ਅਸੀਂ ਆਮ ਬੰਦਾ ਕਿੱਦਾਂ ਜੀਊਗਾ ਇੱਥੇ। ਸਕੂਲ ਦੀਆਂ ਫੀਸਾਂ ਜਿਹੜੀਆਂ ਇੰਨੀਆਂ ਵਧਾ ਦਿੱਤੀਆਂ, ਬੱਚੇ ਘਰ ਬੈਠੇ ਨੇ, ਉਸ ਤੋਂ ਇਲਾਵਾ ਸਕੂਲ ਵਾਲੇ ਜਿਹੜੇ ਫੀਸਾਂ ਮੰਗ ਰਹੇ ਨੇ, ਅਤੇ ਹਰ ਬੰਦਾ ਦੇਖੋ ਜੀ ਆਪਣੇ ਬੱਚੇ ਪਾਲਣ ਚੱਕਰ ਬੜੀ ਮੁਸ਼ਕਤ ਕਰ ਰਿਹਾ। ਇਸ ਕਰਕੇ ਸਰਕਾਰ ਨੂੰ ਥੋੜ੍ਹਾ ਚਾਹੀਦਾ ਕਿ ਥੋੜ੍ਹਾ ਜਿਹਾ ਇਸ ਚੀਜ਼ਾਂ ਨੂੰ ਬੰਨ ਲਵੇ ਅਤੇ ਆਮ ਬੰਦੇ ਬਾਰੇ ਸੋਚਿਆ ਜਾਵੇ ਜੀ। ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸਰਕਾਰ ਪੈਟਰੋਲ ਅਤੇ ਡੀਜ਼ਲ ਦੇ ਰੇਟ ਨੂੰ ਥੋੜ੍ਹੀ ਰੋਕ ਲਾਵੇ, ਜਿਹਦੇ ਆਮ ਬੰਦੇ ਤੋਂ ਬਾਹਰ ਹੋ ਰਿਹਾ। ਦੂਸਰੀ ਗੱਲ, ਜਿਹੜੇ ਦੁੱਧ ਡੈਰੀ ਵਾਲੇ ਐਸੋਸੀਏਸ਼ਨ ਨਾਲ ਅਸੀਂ ਅਪੀਲ ਕਰਦੇ ਹਾਂ, ਘੱਟੋ ਘੱਟ ਤੁਸੀਂ ਉਹ ਤਾਂ ਸਰਕਾਰਾਂ ਦੂਰ ਬੈਠੀਆਂ, ਤੁਸੀਂ ਤਾਂ ਮਹੱਲੇ ਦੇ ਨੇੜੇ ਬੈਠੇ ਹੋ, ਇਸ ਕਰਕੇ ਤੁਸੀਂ ਧਿਆਨ ਦਿਓ ਕਿ ਜਿਹੜੇ ਦੁੱਧ ਇਹਨੇ ਰੇਟ ਵਧਾ ਰਹੇ ਹੋ, ਦੁੱਧ ਦੇ ਰੇਟ ਨਾ ਵਧਾਓ। ਆਮ ਬੰਦੇ ਦਾ ਧਿਆਨ ਰੱਖੋ, ਅਸੀਂ ਤੁਹਾਡੇ ਵਰਗੇ ਇਨਸਾਨ ਆ, ਸਾਡੇ ਅੱਗੇ ਕੁਛ ਨਹੀਂ ਵੱਧ ਰਿਹਾ, ਸਾਰੇ ਰੇਟ ਉੱਥੇ ਹੀ ਖੜੇ ਨੇ। ਪੈਟਰੋਲ ਡੀਜ਼ਲ ਹੀ ਸਾਨੂੰ ਮਾਰ ਕੇ ਬਹਿ ਗਿਆ, ਇੰਨੀ ਸਾਡੀ ਮਹਿੰਗਾਈ ਜਿਹੜੀ ਵੱਧ ਗਈ ਹੈ। ਆਮ ਬੰਦਾ ਆਮ ਪਰੇਸ਼ਾਨ, ਬੰਦਾ ਕਿੱਥੇ ਜਾਊਗਾ ਤੁਸੀਂ ਦੱਸੋ। ਸਰ ਰੋਂਦੇ ਆਓਗੇ ਤੇ ਹੱਸਦੇ ਜਾਓਗੇ, ਦੁਖੀ ਭੈਣ ਭਰਾਵਾਂ ਦੇ ਸੱਚੇ ਹਮਦਰਦ ਗੁਰੂ ਰਾਜਾ ਸਾਈਂ ਜੀ। 99-150-150 ਪਤਾ ਲੁਧਿਆਣਾ। ਗੈਟ ਯੂ ਐਕਲਵ ਬੈਕ ਇਨ ਯੂਰ ਲਾਈਫ, 100% ਗਰੰਟੀ ਨਾਲ ਪਾਓ ਪਰੇਸ਼ਾਨੀ ਦਾ ਹੱਲ। ਪਰੇਸ਼ਾਨੀ ਜਿਵੇਂ ਪਿਆਰ 'ਚ ਧੋਖਾ, ਖੋਇਆ ਹੋਇਆ ਪਿਆਰ ਵਾਪਸ ਪਾਉਣਾ, ਲਵ ਮੈਰਿਜ 'ਚ ਰੁਕਾਵਟ, ਪ੍ਰੇਮੀ ਪ੍ਰੇਮਿਕਾ 'ਚ ਝਗੜਾ, ਤਲਾਕ ਕੇਸ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ 'ਚ ਪੱਕਾ ਹੋਣਾ, ਇਮੀਗ੍ਰੇਸ਼ਨ ਮਸਲੇ, ਜਾਂ ਤੋਂ ਟੋਣੇ ਦਾ ਜੜ ਤੋਂ ਖਾਤਮਾ, ਮੋਹਣੀ ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਆਪਣੇ ਵਾਸ 'ਚ ਕਰੋ, ਲਾਟਰੀ ਨੰਬਰ ਪਾਓ ਲੋਟੋ ਮੈਕਸ ਜਾਂ ਮੈਗਾ ਮਿਲੀਅਨ। ਹਰ ਜਗ੍ਹਾ ਤੋਂ ਨਿਰਾਸ਼ ਤੇ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਸੰਪਰਕ ਕਰੋ। ਮੋਬਾਈਲ ਨੰਬਰ 99-150-150।